ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਖੇਡ ਵੀ ਨਿਆਰੀ ਹੈ। ਆਪ ਅਕਾਲ ਰੂਪ ਹੋ ਕੇ ਗੁਰੂ ਨਾਨਕ ਸਾਹਿਬ ਆਏ ਨੇ, ਉਹੀ ਗੱਦੀ 10ਵੇਂ ਜਾਮੇ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਰਬੰਸ ਦਹਾਨੀ ਸਾਰਾ ਕੁਝ ਕਰਨ ਵਾਲੇ ਨੇ, ਜਿਨ੍ਹਾਂ ਦੇ ਪ੍ਰਥਾਏ ਉਹ ਆਪ ਹੀ ਬਚਨ ਲਿਖਦੇ ਨੇ। ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦਹਿ ਸਿਰਕਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ। ਮਹਾਰਾਜ ਤੋਂ ਬਲ ਲਿਆ ਹੈ, ਅਕਾਲ ਪੁਰਖ ਤੋਂ ਬਲ ਲਿਆ ਹੈ ਇਹਨਾਂ ਦੇਵਤਿਆਂ ਨੇ, ਅਤੇ ਫਿਰ ਜਾ ਕੇ ਦੁਸ਼ਟਾਂ ਨੂੰ ਨਾਸ਼ ਕੀਤਾ ਹੈ। ਕੀ 10ਵੇਂ ਪਾਤਸ਼ਾਹ ਮਹਾਰਾਜ ਇਹਨਾਂ ਮੁਗਲਾਂ ਨੂੰ ਨਾਸ਼ ਨਹੀਂ ਸੀ ਕਰ ਸਕਦੇ? ਸਭ ਕੁਝ ਕਰ ਸਕਦੇ ਸੀ ਸੱਚੇ ਪਾਤਸ਼ਾਹ, ਪਰ ਮੇਰੇ ਦਾਤੇ ਸਤਿਗੁਰੂ ਜੀ ਇਹ ਲੀਲਾ ਪੁਰਸ਼ੋਤਮ ਨੇ, ਜਿੱਦਾਂ ਸੰਸਾਰ ਦੀ ਲੀਲਾ ਚੱਲਦੀ ਹੈ, ਖੇਡ ਚੱਲਦੀ ਹੈ ਨਾ, ਉਹਦੇ ਵਿੱਚ ਵਿਘਣ ਨਹੀਂ ਪਾਉਂਦੇ, ਆਪ ਹੀ ਬਣਾਇਆ ਹੋਇਆ ਸਭ ਕੁਛ ਹੈ। ਜੇ ਮਹਾਰਾਜ ਜੀ ਭਾਣਾ ਮੰਨਣਾ ਸਾਨੂੰ ਨਾ ਸਿਖਾਉਂਦੇ ਨਾ, ਤਾਂ ਅਸੀਂ ਅੱਜ ਏਡੇ ਉੱਚੇ ਸੁੱਚੇ ਹੋ ਕੇ ਧਰਮ ਦੇ ਵਿੱਚ ਨਾ ਬੈਠੇ ਹੁੰਦੇ, ਏਡਾ ਧਰਮ ਸਾਡਾ ਨਾ ਹੁੰਦਾ, ਏਡਾ ਨਾ ਸਿੱਖਾਂ ਦਾ ਨਾ ਹੁੰਦਾ। ਜਿੰਨੀ ਮਹਾਰਾਜ ਨੇ ਸਾਨੂੰ ਬਰਕਤ ਬਖਸ਼ੀ ਹੈ ਨਾ, ਅਕਾਲ ਪੁਰਖ ਨੇ ਆਪਣੇ ਧਰਮ ਨੂੰ ਆਪਣੀ ਫੌਜ ਨੂੰ ਇਹ ਨਾ ਮਿਲਦੀ, ਜੇ ਮਹਾਰਾਜ ਜੀ ਇਹ ਖੇਡ ਨਾ ਵਰਤਾਉਂਦੇ। ਸਤਿਗੁਰ ਸਮਰੱਥ ਹੈ, ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਬੱਚੇ ਸਮਰੱਥ ਨੇ, ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਹੋਣੀ ਇਹ ਸਮਰੱਥ ਨੇ, ਇਹ ਸਾਡੇ ਵਾਸਤੇ ਸਾਨੂੰ ਭਾਣਾ ਸਿਖਾਉਣ ਵਾਸਤੇ, ਭਾਣੇ ਦੀ ਜਾਤ ਸਿਖਾਉਣ ਵਾਸਤੇ, ਸਾਨੂੰ ਦੇਸ਼ ਅਤੇ ਕੌਮ ਦੇ ਵਿੱਚ ਕੌਮ ਦੇ ਲਈ ਆਪਾਂ ਵਾਰਨ ਦੀ ਸੋਝੀ ਦੇਣ ਵਾਸਤੇ ਇਹ ਖੇਡ ਰਚੀ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਵਾਸਤੇ। ਇਹ ਕੋਈ ਵੱਡੀ ਗੱਲ ਨਹੀਂ ਸੀ ਮੁਗਲਾਂ ਨੂੰ ਨਾਸ਼ ਕਰ ਦੇਣਾ। ਮਹਾਰਾਜ ਜੀ ਨੂੰ ਕੌਣ ਕੈਦ ਕਰ ਸਕਦਾ ਹੈ, ਮਹਾਰਾਜ ਨੂੰ ਕੌਣ ਘੇਰਾ ਪਾ ਸਕਦਾ ਹੈ? ਸੱਚੇ ਪਾਤਸ਼ਾਹ ਜੀ ਜਿੱਦਾਂ ਸੂਰਜ ਦੀ ਰੋਸ਼ਨੀ ਨੂੰ ਕੋਈ ਫੜ ਨਹੀਂ ਸਕਦਾ ਅਤੇ ਛਾਂ ਨੂੰ ਹਵਾ ਨੂੰ ਕੋਈ ਫੜ ਨਹੀਂ ਸਕਦਾ, ਇੱਦਾਂ ਦਾਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਕੋਈ ਕੈਦ ਨਹੀਂ ਕਰ ਸਕਦਾ, ਮਹਾਰਾਜ ਨੂੰ ਕੋਈ ਮਾਰ ਨਹੀਂ ਸਕਦਾ, ਉਹਦੇ ਅਵਿਨਾਸ਼ੀ ਹੈ। ਪਰ ਸੱਚੇ ਪਾਤਸ਼ਾਹ ਨੇ ਸਿੱਖਾਂ ਨੂੰ ਭਾਣਾ ਮੰਨਣਾ ਸਿਖਾਇਆ ਹੈ, ਭਾਣੇ ਦੇ ਵਿੱਚ ਰਹਿਣਾ ਸਿਖਾਇਆ ਹੈ ਜੀ।